ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਨਾ ਜੋ ਆਪਣਾ ਛੂਣ ਵਾਲੇ ਪਸ਼ੂ ਨੇਗੇ ਜਿਹੜੇ 2 ਮਹੀਨੇ ਰਹੇ ਨੇ ਛੂਣ ਦੇ, ਅਤੇ ਉਹਨਾਂ ਖਾਤਰ ਜਿਹੜੇ ਆਪਾਂ ਫੀਡ ਤਿਆਰ ਕਰਾਉਣੇ ਉਹਦੇ ਘਰ ਦੇ ਸਮਾਨ ਦੇ 7-8 ਸਾਲ ਤੋਂ ਪਾਉਣੇ ਹੈਗੇ। ਅਤੇ ਵਿੱਚ ਭਰਾਵਾਂ ਨੂੰ ਵੀਡੀਓ ਪਹਿਲਾਂ ਵੀ ਪਾਈ ਦੇਗੀ, ਵਿੱਚ ਭਰਾ ਕਹਿੰਦੇ ਵੀ ਕਾਊਂਟਰ ਦੇ ਹਿਸਾਬ ਨਾਲ ਸਾਨੂੰ ਉਹਦਾ ਫਾਰਮੂਲਾ ਦੱਸੋ ਵੀ ਕੀ ਸਮਾਨ ਪੈਂਦਾ ਹੈਗਾ। ਅਤੇ ਅੱਜ ਆਪਾਂ ਤੁਹਾਨੂੰ ਭਰਾ ਕਾਊਂਟਰ ਦੇ ਹਿਸਾਬ ਨਾਲ ਦੱਸਦੇ ਹਾਂ। ਆਪਣਾ 40 ਕਿੱਲੋ ਕਣਕ ਆ ਭਰਾ, ਮੰਨ ਤੇ ਆਹ ਪਾਵਾਂ ਕੋ ਪਹਿਲਾਂ ਖੰਡਾ, ਅਤੇ 40-45 ਕਿੱਲੋ ਇਹ 'ਚ ਆਪਣਾ ਵਧੀਆ ਖੰਡਾ ਹੈਗਾ ਛੋਲਿਆਂ ਦਾ। ਅਤੇ 12 ਕਿੱਲੋ ਇਹ 'ਚ ਭਰਾ ਸਰੋਂ ਆ ਗਈ, ਅਤੇ 5 ਕਿੱਲੋ ਇਹ 'ਚ ਤਾਰਾ ਮੀਰਾ ਬਾਈ, ਅਤੇ 1 ਕਿੱਲੋ ਇਹ 'ਚ ਲੂਣ ਪਾਇਆ, ਅਤੇ 2.5 ਕਿੱਲੋ ਇਹ 'ਚ ਤਿਲ ਨੇ ਬਾਈ, ਚਿੱਟੇ ਤਿਲ 2.5 ਕਿੱਲੋ, ਅਤੇ 2.5 ਕਿੱਲੋ 'ਚ ਹਾਲਵਾਂ, ਅਤੇ 2.5 ਕਿੱਲੋ ਇਹਦੇ ਵਿੱਚ ਅਲਸੀ ਆ ਬਾਈ, ਅਤੇ 3 ਕਿੱਲੋ ਇਹਦੇ ਵਿੱਚ ਮਸਰੀ ਹੈਗੀ, ਇਹ ਸਮਾਨ ਪਰ ਆਪਣਾ ਸਾਰਾ ਹੋ ਗਿਆ। ਅਤੇ ਇਹ ਕੁਇੰਟਲ ਦਾ ਸਮਾਨ ਹੋ ਗਿਆ ਜੀ ਆਪਣਾ, ਜਿਹੜੀ ਸਮਾਨ ਤਾਂ ਵੱਧ ਹੀ ਆ, ਅਤੇ ਊਂ ਯਾਨੀ ਕੁਇੰਟਲ ਦੇ ਹਿਸਾਬ ਜਿਹੜਾ ਤੁਹਾਨੂੰ ਦੱਸਿਆ ਇਹ ਫਾਰਮੂਲਾ ਆਪਣਾ ਘੱਟੋ ਘੱਟ ਆਪਾਂ ਇਹ 6-7 ਸਾਲ ਤੋਂ ਵਰਤਦੇ ਹਾਂ। ਇਹਦੇ ਨਾਲ ਪਸ਼ੂ ਅਤੇ ਗਰੋਥ ਵੀ ਚੰਗੀ ਕਰਦਾ ਲੇਵੇ ਤੋਂ ਲਾ ਕੇ, ਅਤੇ ਪਸ਼ੂ ਦੇ ਚਮਕ ਚੰਗੀ ਆਉਂਦੀ ਆ, ਅਤੇ ਉਸ ਤੋਂ ਬਾਅਦ ਪਸ਼ੂ ਜੋ ਸੂਣ 'ਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ, ਅਤੇ ਬਾਕੀ ਜੇਰ ਸਹੀ ਸਲਾਮਤ ਪੈਂਦੀ ਆ 3-4 ਘੰਟਿਆਂ 'ਚ ਪਹਿਲਾਂ ਜੇਰ ਪੈ ਜਾਂਦੀ ਆ, ਅਤੇ ਇਹ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਦਿੱਕਤ ਆਵੇ, ਬਾਕੀ ਪਸ਼ੂ ਦੁੱਧ 'ਤੇ ਚੱਲਦਾ ਚੰਗਾ ਭਰਾ। ਅਤੇ ਇਹ ਆਪਦਾ ਬਣਾ ਕੇ ਪਾਇਆ ਕਰੋ, ਅੱਖਾਂ ਦੇ ਸਾਹਮਣੇ ਆ, ਇਹ ਤਾਂ ਬਹੁਤ ਹੀ ਵਧੀਆ ਰਿਜ਼ਲਟ ਆਉਂਦਾ ਭਰਾ। ਅਤੇ ਇਹ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ, ਅਤੇ ਫਾਰਮ ਦਿਖਾ ਦੇ ਜਦੋਂ